ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਅੱਜ SGPC ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਜੀਤ ਸਿੰਘ ਦੀ ਅਗਵਾਈ 'ਚ 925 ਸ਼ਰਧਾਲੂਆਂ ਦਾ ਜੱਥਾ SGPC ਦਫ਼ਤਰ ਤੋਂ ਰਵਾਨਾ ਹੋਇਆ। ਜੱਥੇ 'ਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ 10 ਦਿਨ ਦਾ ਵੀਜ਼ਾ ਦਿੱਤਾ ਗਿਆ ਹੈ। ਇਹ ਜੱਥਾ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਅਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਅਤੇ ਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਵਰਤਨ ਪਰਤੇਗਾ। ਗੁਰਜੀਤ ਸਿੰਘ ਨੇ ਕਿਹਾ ਕਿ ਕੁਝ ਸੰਗਤਾਂ ਦੇ ਵੀਜ਼ੇ ਰੱਦ ਕੀਤੇ ਗਏ ਸਨ। ਇਸ ਸੰਬੰਧੀ ਕੇਂਦਰ ਸਰਕਾਰ ਨੂੰ ਲਿਖ ਦਿੱਤਾ ਜਾਵੇਗਾ ਕਿ ਉਹ ਪਾਕਿਸਤਾਨ ਅੰਬੈਸੀ ਨਾਲ ਸੰਪਰਕ ਕਰਕੇ ਕਹੇ ਕਿ ਸ਼ਰਧਾਲੂਆਂ ਦੇ ਵੀਜ਼ੇ ਰੱਦ ਨਾ ਕੀਤੇ ਜਾਣ। ਉੱਧਰ ਸ਼ਰਧਾਲੂਆਂ ਨੇ ਗੁਰੂ ਘਰ ਦੇ ਦਰਸ਼ਨਾਂ ਨੂੰ ਵਡਭਾਗਾ ਕਰਾਰ ਦਿੱਤਾ। ਪਾਕਿਸਤਾਨ ਜਾ ਰਿਹਾ ਜੀ ਨਨਕਾਣਾ ਸਾਹਿਬ ਬਾਬੇ ਨਾਨਕ ਦੀ ਧਰਤੀ ਤੇ ਜੀ। ਸਾਨੂੰ ਅੱਜ ਬਹੁਤ ਖੁਸ਼ੀ ਹੈ। ਅਸੀਂ ਅੱਗੋਂ ਤੋਂ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜਥੇ ਭੇਜੇ ਜਾਣ, ਦੋਨੇ ਭਾਰਤ ਅਤੇ ਪਾਕਿਸਤਾਨ ਦਾ ਆਪਸ ਦੇ ਵਿੱਚ ਵੀ ਪਿਆਰ ਬਣਿਆ ਰਹੇ। ਅਸੀਂ ਉਹਨਾਂ ਵਾਸਤੇ ਵੀ ਕਹਿੰਦੇ ਹਾਂ ਵੀ ਅੱਗੋਂ ਤੋਂ ਜਿਹੜੇ ਬੀਜੇ ਕੱਟੇ ਗਏ ਨੇ ਉਹਨਾਂ ਨੂੰ ਬਹੁਤ ਬੰਦਿਆਂ ਨੂੰ ਬਹੁਤ ਮਜੂਸੀ ਹੋਈ ਹੈ। ਜਿਨ੍ਹਾਂ ਦੇ ਬੀਜੇ ਕੱਟੇ ਗਏ ਉਹਨਾਂ ਦੇ ਅਗਲੀ ਵਾਰ ਬੀਜੇ ਜ਼ਰੂਰ ਲੱਗਣੇ ਚਾਹੀਦੇ ਨੇਗੇ ਅਤੇ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਨ੍ਹਾਂ ਦੇ ਬੀਜੇ ਕੱਟੇ ਗਏ ਅਗਲੀ ਵਾਰ ਉਹਨਾਂ ਦੇ ਬੀਜੇ ਜ਼ਰੂਰ ਲੱਗਣੇ ਚਾਹੀਦੇ ਆ ਜੀ। ਜਾ ਰਿਹਾ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਿਹਾ, ਸਾਨੂੰ ਉਹਨਾਂ ਨੇ ਕਿਰਪਾ ਕੀਤੀ ਸਾਡੇ ਤੇ, ਅਸੀਂ ਦਰਸ਼ਨ ਕਰਨ ਜਾ ਰਿਹਾ। ਬੜੀ ਚਾਹ ਸੀਗੀ ਜਾਣ ਦੀ, ਵੀਜ਼ਾ ਲੱਗ ਗਿਆ ਤੇ ਅਸੀਂ ਆ ਗਏ। ਅੱਛਾ ਜੀ, ਕਿੰਨਵੀਂ ਵਾਰੀ ਚੱਲੇ ਜੀ? ਅਸੀਂ ਪਹਿਲੀ ਵਾਰੀ ਜਾ ਰਹੇ ਹਾਂ। ਅੱਛਾ ਜੀ, ਤੇ ਅਰਦਾਸ ਵੀ ਕਿਹਾ ਜਾਂਦਾ? ਹਾਂਜੀ, ਅਰਦਾਸ ਵੀ ਕਰਨੇ ਆ ਬਾਬਾ ਜੀ ਸਾਡੇ ਉੱਤੇ ਕਿਰਪਾ ਕਰੋ, ਸਾਨੂੰ ਫਿਰ ਬੁਲਾਓ। ਨਨਕਾਣਾ ਸਾਹਿਬ ਜਾ ਰਿਹਾ, ਪੰਜਾ ਸਾਹਿਬ ਜਾ ਰਿਹਾ, ਹੋਰ ਵੀ ਗੁਰਦੁਆਰੇ ਹੈਗੇ ਨੇ ਉੱਥੇ ਵੀ ਜਾਵਾਂਗੇ, ਬਾਬਾ ਜੀ ਦੇ ਦਰਸ਼ਨ ਕਰਨ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦੇ ਦਰਸ਼ਨ ਕਰਨ ਜਾ ਰਹੇ ਜੀ, ਦੂਜੀ ਵਾਰ ਚੱਲੇ ਜੀ। 10 ਦਿਨ ਦਾ ਵੀਜ਼ਾ ਜੀ ਉੱਥੇ, ਉਹਨਾਂ ਬਾਰੇ ਚੰਗੀ ਗੱਲ ਨਹੀਂ ਹੋਈ ਜੀ। ਜਿਹਨਾਂ ਦੇ ਕੱਟੇ ਗਏ ਨੇ ਵੀਜ਼ੇ ਲੱਗਣੇ ਚਾਹੀਦੇ ਜੀ ਸਾਰਿਆਂ ਦੇ। ਹਾਂਜੀ, ਆਪਣੇ ਬਾਬਾ ਜੀ ਦੇ ਦਰਸ਼ਨ ਕਰਨ ਜਾਣਾ ਜੀ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, 5 ਆਪ ਟੂਡੇ।